ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮੁ ਅਲੈਕੁਮ ਆ ਦੋਸਤੋ ਅਸੀਂ ਇਹ ਜਗ੍ਹਾ ਨਾ ਕੇਰਾ ਕੀਤਾ ਕਣਕ ਦਾ ਪਹਿਲੇ ਛੱਟੇ ਦਾ ਰਵਾਜ ਸੀ ਪਹਿਲੇ ਕੇਰੇ ਦਾ ਹੁੰਦਾ ਸੀ ਫਿਰ ਛੱਟੇ ਦਾ ਆ ਗਿਆ ਹੁਣ ਲੋਕ ਫਿਰ ਕੇਰਾ ਕਰਨ ਲੱਗ ਪਏ ਕੇਰੇ ਦੀ ਕਣਕ ਦਾ ਡਬਲ ਫਾਇਦਾ ਹੁੰਦਾ ਇੱਕ ਤੇ ਬੀਜ ਸਾਰਾ ਉੱਗ ਪੈਂਦਾ ਖਾਦ ਨਾਲ ਕਿਰ ਜਾਂਦੀ ਹੈ ਆ ਦੇਖੋ ਡਰਿੱਲਾਂ ਬਣ ਗਈਆਂ ਹੁਣ ਕੇਰਾ ਕਰਨ ਵਾਸਤੇ ਆ 2022 ਮਾਡਲ ਦੀ ਡਰਿੱਲ ਹੈ ਇੱਕ ਵਕਤ ਸੀ ਕਣਕਾਂ ਦਾ ਕੇਰਾ ਕਰਦੇ ਹੁੰਦੇ ਸੀ ਨਰਮੇ ਦੇ ਛੱਟੇ ਦੇਦੇ ਹੁੰਦੇ ਸੀ ਤਾਂ ਗਿਆਨਾ ਵਧੇ ਹੁੰਦੇ ਸੀ ਨਰਮਿਆਂ ਫਿਰ ਉਹ ਵਕਤ ਆਇਆ ਕਿ ਨਰਮੇ ਦੇ ਕੇਰੇ ਹੋਣ ਲੱਗ ਪਏ ਬਲੰਟਰ ਹੋਣ ਲੱਗ ਪਏ ਕਣਕਾਂ ਦੇ ਛੱਟੇ ਆਉਣ ਲੱਗ ਪਏ ਤੇ ਹੁਣ ਤਾਂ ਬਾਰਾ ਫਿਰ ਉਹ ਵਕਤ ਆ ਗਿਆ ਕਿ ਕਣਕਾਂ ਦੇ ਕੇਰੇ ਫਿਰ ਸ਼ੁਰੂ ਹੋ ਗਏ ਨੇ ਕਿਉਂਕਿ ਕਣਕ ਦੀ ਪੈਦਾਵਾਰ ਜ਼ਿਆਦਾ-ਜ਼ਿਆਦਾ ਲੈਣ ਵਾਸਤੇ ਸਾਨੂੰ ਇਹਦਾ ਕੇਰਾ ਕਰਨਾ ਪੈਂਦਾ ਇੱਕ ਮਤਵਾਤਰ ਬੀਜ ਦੀ ਵੀ ਥੋੜੀ ਜੀ ਕਮੀ ਆਉਂਦੀ ਏ ਔਰ ਛੱਟੇ ਦਾ ਜ਼ਿਆਦਾ ਪੈਂਦਾ ਹੈ ਤੇ ਕੇਰੇ ਦਾ ਥੋੜਾ ਵੀ ਘਟ ਪੈਂਦਾ ਇਹ ਸਾਰਾ ਰਕਬਾ ਅਸੀਂ ਕੇਰਾ ਕੀਤਾ ਹੋਇਆ ਜਿੱ ਤੱਕ ਨਜ਼ਰ ਜਾ ਰਹੀ ਕੇਰੇ ਦੀ ਕਣਕ ਨੂੰ ਜਾਨਵਰ ਵੀ ਘੱਟ ਪਾਟਦੇ ਨੇ ਪਾਣੀ ਦੀ ਕਮੀ ਬਰਦਾਸ਼ਤ ਕਰ ਲੈਣੀ ਥੋੜੀ ਕਿਉਂਕਿ ਦਾਣਾ ਇੱਕ ਲੈਵਲ ਤੇ ਇੱਕ ਬਰਾਬਰ ਹੁੰਦਾ ਇਹ ਛਟੜੀ ਕਰਨਗੇ ਕਿ ਦਾਣਾ ਉੱਚਾ ਹੁੰਦਾ ਕਿ ਨੀਵਾ ਹੁੰਦਾ ਕਿ ਕਣਕ ਪਹਿਲਾਂ ਨਿਕਲਦੀ ਹੈ ਕਿ ਬਾਅਦ ਚ ਨਿਕਲਦੀ ਹੈ ਕੋਈ ਬੜਾ ਫਰਕ ਪੈਂਦਾ ਇਹ ਹਰ ਚੀਜ਼ ਨੂੰ ਬਰਾਬਰ ਹੈ ਮਾਸ਼ਾਅੱਲਾ ਇਸ ਟਾਈਮ ਕਿ ਚੀਨੀ ਕਿ ਵੱਡੀ ਨਹੀਂ ਕਿ ਛੋਟੀ ਨਹੀਂ ਦਾਣਾ ਇੱਕ ਸਾਰਾ ਲੈਵਲ ਤੇ ਪਿਆ ਤਾਂ ਲੈਵਲ ਚੋ ਗਿਆ ਕਿ ਨਾਲ ਖਾਦ ਵੀ ਨਾਲ ਕੇਰੀ ਜਾਂਦੀ ਹੈ ਤੇ ਹਰ ਦਾਣੇ ਦੇ ਨਾਲ ਖਾਦ ਕਿਰਨ ਨਾਲ ਜਦੋਂ ਜੜ ਬਣਦੀ ਹੈ ਉੱਥੋਂ ਦਾਣਾ ਆਪਣਾ ਆਪਣੀ ਖੁਰਾਕ ਲੈਣੀ ਸ਼ੁਰੂ ਕਰ ਦਿੰਦਾ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਅੱਜ ਕੱਲ੍ਹ ਆਹਰ ਚਾਰੇ ਦੀ ਗੱਲ ਕੀਤੀ ਜਾਵੇ ਲੋਸਣ ਦਾ achar ਹੁੰਦਾ ਹੈ ਬਰਸੀਮ ਦਾ achar ਹੁੰਦਾ ਜਿਹਨੂੰ ਇੰਸਟਾ ਲਾ ਕੇ ਆ ਜਾਂਦਾ ਤੋ ਗਾ ਇਹ ਦਸੰਬਰ ਦੀ 10 ਤਰੀਕ ਹੋ ਗਈ ਜੇ ਜੀਵੇਂ ਦਾ ਜਦੋਂ ਪਹਿਲਾ ਲੂਸਨ ਬੀਜਦੇ ਨੇ ਉਹਦੇ ਵਿੱਚ ਸਰੋਂ ਰਾਇਆ ਐਵੇਂ ਦਾ ਪੱਠੇ ਪਾ ਲੈਂਦੇ ਨੇ ਛਟਾ ਦੇ ਦਿੰਦੇ ਨੇ ਬੀਜ ਦਾ ਤਾਂ ਕਿ ਪੱਠੇ ਵੱਡੇ ਹੋਣ ਸੰਗਣੇ ਹੋਣ ਉਹ ਲੂਸਨ ਥੋੜਾ ਦੇਰਨ ਤਿਆਰ ਹੁੰਦਾ ਸੋਨ ਜਲਦੀ ਹੋ ਜਾਂਦੀ ਹੈ ਐਸ ਕੇਰ ਦੇ ਵੱਡੇ ਤੇ ਲੂਸਨ ਦੇ ਛੋਟਾ ਹੈ ਇਹ ਕਿਹੜਾ ਵੱਡਣਾ ਤੇ ਸਰਸੋਂ ਬੜੀ ਵੱਡੀ ਹੋਈ ਹੈ ਦੇਖੋ ਇਹ ਕਹਿ ਰਹੇ ਵਾੜਿਆਂ ਦਾ ਇੱਕ ਜ਼ਿੰਮੇਵਾਰ ਦੇ ਜੇ ਤੋ ਇੱਕ ਚੀਜ਼ ਇੱਕ ਤਰਤੀਬਾਰ ਵੜਦਾਂ ਜਿਹੜੀ ਪਹਿਲੇ ਵੱਡੀ ਹੁੰਦੀ ਹੈ ਉਹ ਜਲਦੀ ਤਿਆਰ ਹੋ ਜਾਂਦੀ ਕਿਉਂਕਿ ਜ਼ਿਆਦਾ ਸਰਦੀ ਹਣੀ ਉਹਦਾ ਜਿਹੜਾ ਪਹਿਲਾ 11 ਲੂਸਨਾ ਵੜਿਆ ਹੈ ਨਾ ਪਹਿਲੀ ਜਗ੍ਹਾ ਉੱਥੇ ਪੱਠੇ ਤਿਆਰ ਹੋ ਜਾਂਦੇ ਇਹ ਜਿਹੜਾ ਛੋਟਾ ਫਾਰਮਰ ਹੁੰਦੇ ਵਾਸਤੇ ਹੈ ਤੇ ਜਿਹੜੇ بڑے ਫਾਰਮਰ ਹੁੰਦੇ ਤੇ ਬਹੁਤ ਜ਼ਿਆਦਾ ਰਕਬੇ ਤੇ ਚਾਰਾ ਕਾਸ਼ਤ ਕੀਤਾ ਹੁੰਦਾ ਪੱਠੇ ਬੀਜੀ ਹੁੰਦੇ ਉਹਦੀ ਨੂੰ ਪਰੇਸ਼ਾਨੀ ਨਹੀਂ ਆਉਂਦੀ ਛੋਟੇ ਕਾਸ਼ਤਕਾਰਾਂ ਵਾਸਤੇ ਹੈ ਜਿਹਨੇ 1 एकड़ 1.5 एकड़ ਜਾਂ ਥੋੜੇ ਜਾਂ ਜ਼ਿਆਦਾ ਜਿਹਨਾਂ ਦਾ ਮਾਲ ਹੈ ਉਹਨੇ ਇਨਕ ਪੱਠੇ ਬੀਜੇ ਨੇ ਅਗਰ ਜ਼ਿਆਦਾ ਹੋ ਗਿਆ ਤੈਨੂੰ ਖਰਾਬ ਹੋਏਣੇ ਥੋੜੀ ਇਦਨ ਕਮੀ ਆ ਜਾਣੀ ਤੇ ਜਿਹੜੇ ਜ਼ਿਮੀਂਦਾਰ ਬਹੁਤ ਜ਼ਿਆਦਾ ਰਕਬਾ ਹੋਣਾ ਬੜੇ ਹਾਈ ਪਰਮਾਨੈਂਟ ਪੱਠੇ ਬੀਜੇ ਹੁੰਦੇ ਨੇ ਚਾਰਾ ਬੀਜੇ ਹੁੰਦਾ ਉਹਨਾਂ ਦੀ ਕਮੀ ਪੇਸ਼ੀ ਦਾ ਨਹੀਂ ਹੁੰਦਾ ਛੋਟੇ ਕਿਸਾਨਾਂ ਨੂੰ ਕਣਕ ਬੀਜਣੀ ਇਹ ਬੜਾ ਮਸਲਾ ਹੁੰਦਾ ਕਣ ਕਿਹੜਾ ਵੜੇ ਇਨਸ਼ਾਅਲਾ ਆ ਚਾਰਾ ਵੜਦੇ ਤੱਕ ਇਧਰਾ ਚਾਰਾ ਤਿਆਰ ਹੋ ਜਾਏਗਾ ਇਹ ਨੂੰਸਨ ਦਾ ਇਹਨੂੰ ਛੜੀਆਂ ਲਗਣੀਆਂ ਤੇ ਹੁੰਦਾ ਪੈਣੀ ਆ ਉਦੋਂ ਜ਼ਿੰਮੇਦਾਰ ਨੂੰ ਪਰੇਸ਼ਾਨੀ ਨਹੀਂ ਹੁੰਦੀ ਚਾਰੇ ਦੀ ਇਹਨਾਂ ਨੇ ਕਿ ਵਿਕਾਸਤ ਕੀਤੀ ਹੈ ਇਹਨੂੰ ਸਰਦੀ ਦਾ ਐਡਾ ਫਰਕ ਨਹੀਂ ਪੈਂਦਾ ਜਲਦੀ ਤਿਆਰ ਹੋ ਜਾਂਦੀ ਹੈ ਇਹ ਪਠਾਨੀ ਕਮੀ ਪੂਰੀ ਕਰਦੀ ਹੈ